ਇਹਦਾ ਨੱਕ ਮੂੰਹ ਤਾਂ ਦੇਖੋ ਬਿਲਕੁਲ ਅੱਜੂ ਤੇ ਗਿਆ। ਹਾਂ ਦੇਖ ਕਿੰਨਾ ਸ਼ਾਂਤ ਹੈ, ਜਿਵੇਂ ਅੱਜੂ ਵੀ ਸ਼ਾਂਤ ਹੁੰਦਾ ਸੀਗਾ। ਮੰਮੀ ਇਹਦੇ ਬਾਲ ਤਾਂ ਦੇਖੋ ਕਿੰਨੇ ਘੁੰਗਰਾਲੇ ਨੇ। ਜੈਸਮੀਨ ਦੀਦੀ ਪਵਨ ਨੂੰ ਫੋਨ ਕਰ ਦਿੱਤਾ ਸੀਗਾ। ਹਾਂ ਰੀਆ ਪਵਨ ਨੂੰ ਵੀ ਫੋਨ ਕਰਤਾ, ਤੇਰੀ ਭੈਣ ਪ੍ਰੀਤ ਨੂੰ ਵੀ ਫੋਨ ਕਰਤਾ ਸੀ। ਪ੍ਰੀਤ ਨੇ ਤੇ ਫੋਨ ਚੱਕਿਆ ਨੀ, ਪਵਨ ਤੇ ਤੇਰੇ ਮੰਮੀ ਆਂਦੇ ਪਏ ਨੇ ਰਸਤੇ 'ਚ ਹੀ ਨੇ। ਪਤੀਆਂ ਖਾਲੀਆਂ ਨਾ ਖਾਲੀ ਹੱਥਾਂ ਨਾਲ ਕੋਈ ਨਾ, ਬੱਚੇ ਲਈ ਆਪਾਂ ਕੁਛ ਲਿੱਤਾ ਨਾ ਮਠਿਆਈ ਦਾ ਡੱਬਾ ਲਿੱਤਾ। ਮੰਮੀ ਆਪਾਂ ਤਾਂ ਹਾਲੇ ਜਸਟ ਦੇਖਣ ਹੀ ਆਏ ਹਾਂ, ਜਦੋਂ ਬੱਚੇ ਨੂੰ ਦੇਣਾ ਨਾ ਪੂਰੀਆਂ ਤਿਆਰੀਆਂ ਦੇ ਨਾਲ ਆਵਾਂਗੇ। ਨਾਲੇ ਮੈਂ ਆਪਦੇ ਭਾਂਜੇ ਵਾਸਤੇ ਨਾ ਬਥੇਰੇ ਖਿਡੌਣੇ ਲੈ ਕੇ ਆਉਣੇ ਆ, ਹਾਲੇ ਬੋਝ ਨਾ ਪਾਓ, ਤੁਰੋ ਚੁੱਪ ਕਰ। ਫਿਰ ਵੀ ਖਾਲੀ ਹੱਥਾਂ ਦੇ ਚੰਗੇ ਥੋੜਾ ਲੱਗਦੇ ਸੀ। ਪਾ ਦਾਂਗੇ ਸ਼ਗਨ, ਕਿਉਂ ਬੋਝ ਪਾਇਆ। ਵਧਾਈਆਂ ਭੈਣ ਜੀ ਤੁਹਾਨੂੰ ਬਹੁਤ ਬਹੁਤ। ਜਸਮੀਨ ਤੈਨੂੰ ਵੀ ਪੁੱਤ ਬਹੁਤ ਵਧਾਈਆਂ। ਕਿੱਦਾਂ ਪੁੱਤ ਠੀਕ ਹੈ? ਆਓ ਭੈਣ ਜੀ ਬੈਠੋ, ਮੂੰਹ ਮਿੱਠਾ ਕਰੋ, ਇਹ ਤਾਂ ਹੁਣ ਠੀਕ ਹੀ ਹੈ, ਅਸੀਂ ਤਾਂ ਇਹਨੂੰ ਠੀਕ ਹੀ ਰੱਖਣਾ। ਫਿਰ ਤੂੰ ਆਪ ਕਹਿ ਲੈ ਸ਼ਰਮਾਂਦਾ ਕਿਉਂ ਪਿਆ? ਲੈ ਭਰਾਵਾ ਉਹਨੂੰ ਕਿਉਂ ਇਸ਼ਾਰੇ ਕਰਦਾ ਪਿਆ, ਸਿੱਧਾ ਮੈਨੂੰ ਕਹਿ ਫੜ ਆਪਣਾ ਪਾਂਜਾ। ਨਾਲੇ ਧਿਆਨ ਨਾਲ ਗਿੱਲਾ ਬੜੀ ਛੇਤੀ ਕਰ ਦਿੰਦਾ ਈ। ਕੀ ਗੱਲ ਦੀਦੀ ਲੀਕ ਹੁੰਦਾ ਇਹ? ਇਹ ਨਹੀਂ ਭੈਣ ਜੀ ਮਜ਼ਾਕ ਕਰਨੋਂ ਹਟਦਾ। ਚੱਲ ਬਹਿ ਭੈਣ ਕੋਲ ਪਵਨ, ਮੈਂ ਤੁਹਾਡਾ ਮੂੰਹ ਮਿੱਠਾ ਕਰਾਵਾਂ। ਲੋ ਮਾਸੀ ਜੀ ਮੂੰਹ ਮਿੱਠਾ ਕਰੋ। ਲੈ ਪਵਨ ਤੂੰ ਵੀ ਮੂੰਹ ਮਿੱਠਾ ਕਰ। ਮੂੰਹ ਤਾਂ ਦੇਦੀ ਮੈਂ ਮਿੱਠਾ ਕਰ ਲੈਣਾ, ਇੱਥੇ ਰੱਖ ਦੋ ਆ ਮੰਮੀ ਨੂੰ ਦੇ ਦੋ। ਮੰਮੀ ਦੇਖੋ ਸੇਮ ਅੱਜੂ ਲੱਗਦੇ ਨੇ ਨਾ। ਹਾਂ ਪੁੱਤ ਅੱਜੂ ਹੀ ਹੈ ਇਹ ਨਾ, ਹੁਣ ਸਾਰੇ ਤੇਰੇ ਦੁੱਖ ਕੱਟਣ ਆਇਆ, ਇਹਦੇ ਨਾਲ ਨਾ ਤੂੰ ਆਪਣੀ ਜ਼ਿੰਦਗੀ ਰਾਜੀ ਖੁਸ਼ੀ ਕੱਟ ਲਈ ਹੁਣ। ਭੈਣ ਜੀ ਕਾਕਾ ਨਾ ਸਵੇਰੇ ਹੋਇਆ ਤੇ ਇਹਨੂੰ ਨਾ ਅਸੀਂ ਗੁੜ ਤਿੰਨ ਦਿੱਤੀ, ਅਸੀਂ ਨਾ ਤੁਹਾਡੀ ਵੇਟ ਕਰਦੇ ਸੀਗੇ ਤੇ ਤੁਸੀਂ ਦੇਣੀ ਹੈ ਤਾਂ ਫਿਰ ਦੇਖ ਲਓ। ਭੈਣ ਜੀ ਸਭ ਤੋਂ ਪਹਿਲਾਂ ਹੱਕ ਨਾ ਤੁਹਾਡਾ ਹੈ, ਚਾਹੇ ਤਾਂ ਇਹਨੂੰ ਤੁਸੀਂ ਗੁੜਤੀ ਦੇ ਦਿਓ ਚਾਹੇ ਜਾਸਮੀਨ ਦੇ ਦੇਵੇ। ਲੈ ਮੈਸ ਜੀ ਤੁਸੀਂ ਤੇ ਮੇਰੇ ਮਨ ਦੀ ਗੱਲ ਬੁੱਝ ਲਿੱਤੀ, ਮੇਰਾ ਤੇ ਬਹੁਤ ਹੀ ਮਨ ਹੈ ਇਹਨੂੰ ਗੁੜਤੀ ਦੇਣ ਦਾ। ਰੀਆ ਨੂੰ ਪੁੱਛ ਲਵੋ, ਜੇ ਕਹਿੰਦੀ ਹੈ ਤਾਂ ਮੈਂ ਇਹਨੂੰ ਗੁੜਤੀ ਦੇ ਦਿੰਦੀ ਹਾਂ। ਪੁੱਤ ਰੀਆ ਨੂੰ ਕੀ ਦਿੱਕਤ ਹੋਣੀ ਹੈ, ਜੇ ਤੇਰਾ ਮਨ ਹੈਗਾ ਤਾਂ ਤੂੰ ਗੁੜਤੀ ਦੇ ਲੈ, ਵੈਸੇ ਹੱਕ ਵੀ ਤੇਰਾ ਹੀ ਬਣਦਾ। ਹਾਂਜੀ ਮਾਸ ਜੀ ਸ਼ਹਿਦ ਦੀ ਸ਼ੀਸ਼ੀ ਨਾ ਮੈਂ ਸਵੇਰ ਦੀ ਲਿਆਂਦੀ ਹੋਈ ਹੈ, ਹੁਣ ਤਾਂ ਮੈਂ ਹੀ ਦੇਵਾਂਗੀ ਇਹਨੂੰ ਗੁੜਤੀ, ਮੈਂ ਸ਼ਹਿਦ ਲੈ ਕੇ ਆਈ। ਜੈਸਮੀਨ ਦੀਦੀ ਮੈਂ ਸਮਝਦੀ ਹਾਂ ਤੁਹਾਡਾ ਵੀ ਮਨ ਹੋਏਗਾ ਇਹਨੂੰ ਗੁੜਤੀ ਦੇਣ ਤੇ ਮੰਮੀ ਦਾ ਵੀ ਹੋਏਗਾ, ਪਰ ਮੈਂ ਇੱਕ ਗੱਲ ਕਹਿਣੀ ਸੀ ਜੇ ਤੁਸੀਂ ਗੁੱਸਾ ਨਾ ਕਰੋ ਤੇ। ਹਾਂ ਹਾਂ ਰੀਆ ਦੱਸ ਕੀ ਕਹਿਣਾ ਚਾਹੁੰਦੀ ਹੈ, ਜੇ ਤੇਰਾ ਮਨ ਹੈ ਨਾ ਗੁੜਤੀ ਦੇਣ ਦਾ ਤੂੰ ਦੇ ਲੈ, ਮਾਂ ਵੀ ਗੁੜਤੀ ਦੇ ਸਕਦੀ ਹੈ। ਦੀਦੀ ਜ਼ਿੰਦਗੀ 'ਚ ਹੁਣ ਤੱਕ ਨਾ ਸਿਰਫ ਮੈਂ ਦੁੱਖ ਹੀ ਦੇਖੇ ਹੈ, ਖੁਸ਼ੀਆਂ ਤਾਂ ਹੁਣ ਆਈਆਂ ਨੇ, ਤੇ ਉਹਨਾਂ ਦੁੱਖਾਂ ਦੇ ਵਿੱਚ ਮੈਨੂੰ ਹਿੰਮਤ ਦੇਣ ਵਾਲਾ ਤੇ ਮੇਰਾ ਸਾਥ ਦੇਣ ਵਾਲਾ ਸਿਰਫ ਇੱਕੋ ਇਨਸਾਨ ਸੀ। ਮੰਮੀ ਜੇ ਮੈਂ ਕੋਈ ਗਲਤੀ ਕੀਤੀ ਹੋਵੇ ਤੇ ਮੈਨੂੰ ਤੁਸੀਂ ਮਾਫ਼ ਕਰ ਦਿਓ। ਜੈਸਮੀਨ ਦੀਦੀ ਜੇ ਮੈਂ ਹੁਣ ਕੁਛ ਗਲਤ ਬੋਲਣ ਲੱਗੀ ਹਾਂ ਤਾਂ ਤੁਸੀਂ ਮੈਨੂੰ ਮਾਫ਼ ਕਰਿਓ, ਪਰ ਮੇਰੇ ਅਕੋਰਡਿੰਗ ਇਸ ਬੱਚੇ ਨੂੰ ਗੁੜਤੀ ਦੇਣ ਦਾ ਹੱਕਦਾਰ ਸਿਰਫ ਇੱਕ ਹੀ ਇਨਸਾਨ ਹੈ ਜੋ ਮੈਨੂੰ ਬਹੁਤ ਪਿਆਰ ਕਰਦਾ। ਰੀਆ ਪੁੱਤ ਜੋ ਵੀ ਤੂੰ ਕਹਿਣਾ ਹੈ ਨਾ ਸੋਚ ਸਮਝ ਕੇ ਕਹੀਂ, ਕਿਉਂਕਿ ਇਸ ਟਾਈਮ ਗੁੜਤੀ ਦੇਣ ਦਾ ਹੱਕ ਇਹਨਾਂ ਦਾ ਹੀ ਹੈ,
ਇਹਨਾਂ ਦੀਆਂ ਵੀ ਕੁਝ ਖੁਆਇਸ਼ਾਂ ਹੋਣਗੀਆਂ। ਕੋਈ ਨੀ ਭੈਣ ਜੀ, ਤੁਸੀਂ ਉਹਨੂੰ ਬੋਲਣ ਦਾ ਦੋ, ਕੀ ਕਹਿਣਾ ਚਾਹੁੰਦੀ ਆ ਉਹ। ਸਾਡੇ ਵਾਸਤੇ ਤਾਂ ਹੁਣ ਸਭ ਤੋਂ ਪਹਿਲੇ ਰੀਆ ਹੈ। ਹਾਂਜੀ ਮਾਸੀ ਜੀ, ਮੰਮੀ ਬਿਲਕੁਲ ਸਹੀ ਕਹਿ ਰਹੀ ਹੈ। ਰੀਆ, ਦੱਸ ਤੂੰ ਕਿਹੜੇ ਕੋ ਗੁਰਤੀ ਦਵਾਉਣਾ ਚਾਹੁੰਦੀ ਹੈ? ਮੈਂ ਬਾਰ ਬਾਰ ਸਾਰਿਆਂ ਨੂੰ ਇੱਕੋ ਹੀ ਗੱਲ ਕਹਿ ਰਹੀ ਹਾਂ ਕਿ ਜੇ ਮੈਂ ਅੱਜ ਇੱਥੇ ਸੁਖੀ ਬੈਠੀ ਹਾਂ ਤਾਂ ਉਸ ਇਨਸਾਨ ਦੀ ਬਦੌਲਤ ਬੈਠੀ ਹਾਂ, ਅਤੇ ਉਹ ਇਨਸਾਨ ਮੇਰਾ ਛੋਟਾ ਵੀਰ ਹੈ, ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਜੇ ਇਹਨੂੰ ਗੁੜਤੀ ਮਿਲੇ ਤਾਂ ਉਹ ਪਵਨ ਹੀ ਦੇਵੇ। ਠੀਕ ਹੈ ਪੁੱਤ, ਜਿਹੋ ਜਿਹੇ ਦੁੱਖ ਤੂੰ ਦੇਖੇ ਹੈ ਨਾ, ਇਹੋ ਜਿਹੇ ਦੁੱਖ ਦੇਖ ਕੇ ਤਾਂ ਬੰਦਾ ਦੁਨੀਆ 'ਚ ਛੱਡ ਜਾਂਦਾ, ਪਰ ਤੂੰ ਤਾਂ ਹੱਸਦੀ ਖੇਡਦੀ ਬੈਠੀ ਹੈ। ਜਿਸ ਬੰਦੇ ਦੇ ਕਰਕੇ ਤੂੰ ਹੱਸਦੀ ਖੇਡਦੀ ਹੈ ਨਾ, ਉਹੀ ਬੰਦਾ ਇਹਨੂੰ ਗੁੜਤੀ ਦਊਗਾ। ਚੱਲ ਪਵਨ ਪੁੱਤ, ਦੇ ਗੁੜਤੀ। ਹੁਣ ਪਵਨ ਬੈਠ ਕੇ ਸੋਚਦਾ ਕੀ ਪਿਆ, ਦੇ ਮੁੰਡੇ ਨੂੰ ਗੁੜਤੀ, ਜੋ ਤੇਰੀ ਭੈਣ ਨੇ ਕਹਿਤਾ ਨਾ, ਸਾਡੇ ਵਾਸਤੇ ਹੁਕਮ ਹੈ। ਨਾ ਹੁਣ ਸੋਚਦਾ ਕੀ ਪਿਆ, ਉੱਠ ਨਾਲੇ ਆਪਣਾ ਫਰਜ਼ ਨਿਭਾ। ਸ਼ੀਸ਼ੀ ਨਹੀਂ ਉਲਟਾਣੀ, ਉਂਗਲ ਨਾਲ ਚਟਾ ਸ਼ਾਇਦ। ਮੈਨੂੰ ਪਤਾ ਲੱਗ ਹੀ ਜਾਂਦਾ ਕਦੋਂ ਤੂੰ ਖੁਸ਼ ਆ ਤੇ ਕਦੋਂ ਨਹੀਂ। ਨਹੀਂ ਨਹੀਂ ਮਾਸੀ ਜੀ, ਮੈਂ ਨਾ ਪਵਨ ਨੂੰ ਫੋਨ ਕਰੀ ਜਾਂਦੀ ਹਾਂ ਬਾਰ ਬਾਰ, ਉਹ ਇੱਕ ਫੋਨ ਨਹੀਂ ਮੇਰਾ ਚੱਕਦੇ ਪਏ। ਮੈਂ ਇਹ ਸੋਚ ਕੇ ਹੈਰਾਨ ਹਾਂ ਵੀ ਮੇਰੇ ਵੱਲੋਂ ਇੰਨਾ ਮਨ ਪੱਕਾ ਹੋ ਗਿਆ ਉਹਨਾਂ ਦਾ। ਨਾ ਨਾ ਪੁੱਤ, ਕਈ ਵਾਰੀ ਬੰਦਾ ਨਾ ਕੰਮ ਕੁੰਮ 'ਚ ਬਿਜ਼ੀ ਹੁੰਦਾ, ਅਤੇ ਨਾਲ ਤੂੰ ਕਿਉਂ ਫੋਨ ਕਰਦੀ ਪਈ ਆ ਉਹਨੂੰ ਜਦ ਤੁਹਾਡਾ ਇੱਕ ਵਾਰ ਕਿਨਾਰਾ ਹੋ ਹੀ ਗਿਆ। ਆਪਾਂ ਉਸ ਦਿਨ ਵੀ ਜਦੋਂ ਪਾਰਕ 'ਤੇ ਮਿਲੇ ਸੀ ਨਾ, ਉਹਨਾਂ ਨੇ ਆਪਣੇ ਮੂੰਹ ਕਹਿ ਤਾਂ ਦਿੱਤਾ ਸੀ ਵੀ ਆਪਣਾ ਹੁਣ ਅੱਗੇ ਕੁਛ ਬਣ ਨਹੀਂ ਸਕਦਾ, ਪਰ ਮੈਨੂੰ ਇੰਨਾ ਪਤਾ ਉਹਨਾਂ ਨੇ ਦਿਲੋਂ ਨਹੀਂ ਕਿਹਾ ਸੀ, ਉੱਪਰੋਂ ਉੱਪਰੋਂ ਹੀ ਕਿਹਾ ਸੀ। ਠੀਕ ਹੈ ਫਿਰ, ਤੂੰ ਲਾਸਟ ਟਰਾਈ ਕਰਦੀ ਹੋਵੇਗੀ ਵੀ ਸ਼ਾਇਦ ਉਹ ਮੰਨ ਜੇ। ਮਾਸੀ ਜੀ, ਤੁਸੀਂ ਮੇਰੀ ਸ਼ੁਰੂ ਤੋਂ ਖੁਆਇਸ਼ਾਂ ਸਾਰੀਆਂ ਪੂਰੀਆਂ ਕੀਤੀਆਂ, ਮੈਨੂੰ ਜੋ ਚਾਹੀਦਾ ਸੀ ਮੈਨੂੰ ਬਿਨਾਂ ਮੰਗੇ ਮਿਲਿਆ, ਆਪਣੇ ਮੁੰਡੇ ਤੋਂ ਵੱਧ ਮੈਨੂੰ ਅੱਗੇ ਰੱਖਿਆ। ਇੱਕ ਰਿਕੁਐਸਟ ਕਰਦੀ ਹਾਂ ਤੁਹਾਡੇ ਅੱਗੇ, ਜੇ ਤੁਸੀਂ ਆਪ ਜਾ ਕੇ ਉਹਨਾਂ ਨਾਲ ਇੱਕ ਵਾਰ ਗੱਲ ਕਰ ਰਹੇ ਹੋ ਤਾਂ। ਮੈਂ ਤਾਂ ਕਮਲੀ, ਉਹਦੇ ਤੈਨੂੰ ਕਿਹਾ ਸੀਗਾ ਵੀ ਮੈਂ ਜਾ ਆਉਂਦੀ ਹਾਂ, ਤੂੰ ਹੀ ਮੈਨੂੰ ਮਨ੍ਹਾ ਕੀਤਾ ਸੀਗਾ। ਚੱਲ ਕੋਈ ਨਾ ਪੁੱਤ, ਜਿੱਦਾਂ ਤੂੰ ਕਹਿੰਦੀ ਉੱਦਾਂ ਹੀ ਕਰ ਲੈਂਦੇ ਹਾਂ। ਤੁਸੀਂ ਨਾ ਇੱਦਾਂ ਕਰੋ, ਇੱਕ ਵਾਰੀ ਜਾ ਹੀ ਆਓ, ਜੇ ਤਾਂ ਗੱਲ ਬਣਦੀ ਹੈ ਠੀਕ ਹੈ, ਜੇ ਨਹੀਂ ਬਣੂਗੀ ਜਿੱਥੇ ਤੁਸੀਂ ਕਹੋਗੇ ਨਾ ਮੈਂ ਉੱਥੇ ਰਾਜ਼ੀ ਹੋ ਜਾਊਂਗੀ। ਕੋਈ ਗੱਲ ਨਹੀਂ, ਹਲੇ ਹੋਰ ਟਾਈਮ ਲੈਣਾ ਤੂੰ ਲੈ ਲਾ, ਜ਼ਿੰਦਗੀ ਦੇ ਨਾਲ ਧੱਕਾ ਨਾ ਕਰ, ਇਹ ਇੱਕੋ ਹੀ ਵਾਰ ਮਿਲਦੀ ਹੈ ਜੀ। ਹਾਂਜੀ ਮਾਸੀ, ਮੈਨੂੰ ਪਤਾ ਜ਼ਿੰਦਗੀ ਤਾਂ ਇੱਕੋ ਵਾਰ ਮਿਲਦੀ ਹੈ, ਅਤੇ ਸ਼ੁਰੂ ਤੋਂ ਧੱਕੇ ਖਾਂਦੇ ਹੀ ਆਈ ਹਾਂ, ਪਰ ਤੁਸੀਂ ਨਾ ਗੱਲ ਮੰਨੋ ਮੇਰੀ, ਇੱਕ ਵਾਰ ਨਾ ਜਾ ਹੀ ਆਓ। ਚੱਲ ਕੋਈ ਗੱਲ ਨਹੀਂ, ਇੱਕ ਦੋ ਦਿਨ ਰੁਕ ਜਾ, ਮੈਂ ਰਣਜੀਤ ਨਾਲ ਗੱਲ ਕਰਦੀ ਹਾਂ, ਫਿਰ ਉਹਨੂੰ ਮੈਂ ਨਾਲ ਲੈ ਕੇ ਜਾਊਂਗੀ। ਚਲੋ ਠੀਕ ਹੈ ਮਾਸੀ ਜੀ, ਤੁਸੀਂ ਜਿਹੜੇ ਕੰਮ ਜਾਣਾ ਸੀ ਨਾ ਜਾਇਓ, ਮੈਂ ਪਿੱਛੋਂ ਜਿਹੜਾ ਰਹਿ ਗਿਆ ਨਾ ਕੰਮ ਕਰ ਦਿੰਦੀ ਹਾਂ ਸਾਰਾ। ਹੋਰ ਰਾਧਿਕਾ ਪੁੱਤ ਕਿਵੇਂ ਆ, ਠੀਕ ਆ?
ਨਾ ਨਾ ਪੁੱਤ, ਡਰ ਨਾ, ਅੱਜ ਤੇਰੀ ਮਤਰੇਈ ਮਾਂ ਨਹੀਂ ਆਈ, ਅੱਜ ਤੇਰੀ ਸੱਕੀ ਮਾਂ ਆਈ ਆ। ਕੀ ਗੱਲ, ਭੁੱਲ ਗਈ ਆ ਉਹਦੇ ਨਾਲ ਦਿਨ ਜਿਹੜਾ ਅੱਜ ਇੱਧਰ ਮੂੰਹ ਚੱਕਿਆ? ਲੈ ਹਰਦੀਪ, ਜੇ ਤੂੰ ਮੇਰੀ ਦੁਬਾਰਾ ਬਾਂਹ ਮਰੋੜਨੀ ਆ ਤੇ ਗੁੱਤ ਫੜਨੀ ਆ ਤੇ ਫੜ ਲਾ, ਤੇ ਮੇਰੀ ਧੀ ਤੂੰ ਜੁਦਾ ਨਾ ਕਰ। ਲਾ ਮੇਰੀ ਕੁੜੀ ਨੂੰ ਹੱਥ, ਦਿਖਾਵਾਂ ਤੈਨੂੰ ਤੰਬੂ ਤਾਰੇ। ਲੈ, ਮੈਂ ਤੈਨੂੰ ਪਹਿਲਾਂ ਹੀ ਚੰਦਰੀ ਨੂੰ ਦੁੱਖ ਇੰਨੇ ਦਿੱਤੇ ਆ, ਜਿਹੜੇ ਮੇਰੇ ਅੱਜ ਅੱਗੇ ਆਉਂਦੇ ਪਏ ਆ, ਇਹਨੂੰ ਮੈਂ ਹੋਰ ਦੁੱਖ ਨਹੀਂ ਦੇਣੇ ਅੱਜ। ਬੰਦੇ ਦੇ ਜੋ ਵੀ ਮਾੜੇ ਚੰਗੇ ਕਰਮ ਹੁੰਦੇ ਆ ਨਾ, ਇੱਥੇ ਭੁਗਤ ਕੇ ਜਾਣੇ ਹੁੰਦੇ ਹੈਗੇ, ਪਰ ਤੂੰ ਅੱਜ ਮਿੱਠੀ ਪਿਆਰੀ ਹੋ ਕੇ ਇੱਧਰ ਕੀ ਕਰਨ ਆਈ ਆ? ਰਾਧਿਕਾ, ਜਿੰਨੇ ਤੈਨੂੰ ਮੈਂ ਦੁੱਖ ਦਿੰਦੀ ਪਈ ਸੀ ਨਾ, ਹੁਣ ਉਨੇ ਦੁੱਖ ਮੈਨੂੰ ਰਮਨ ਦਿੰਦਾ ਪਿਆ ਆ। ਇਸ ਕਰਕੇ ਧੀ ਰਾਣੀਏ, ਉਸ ਘਰ ਨੂੰ ਨਾ ਤੇਰੀ ਲੋੜ ਆ ਤੇ ਤੂੰ ਵਾਪਸ ਆ ਜਾ। ਪੁੱਤ, ਦਿਨ ਰਾਤ ਨਾ ਰਮਨ ਨਸ਼ੇ ਵਿੱਚ ਡੁੱਬਿਆ ਰਹਿੰਦਾ ਤੇ ਮੈਂ ਇਕੱਲੀ ਕਲਪੀ ਜਾਂਦੀ ਰਹਿੰਦੀ ਹਾਂ। ਅੱਛਾ, ਹੁਣ ਤੇਰੀ ਆਪਣੀ ਔਲਾਦ ਨਾ ਹੱਥੋਂ ਨਿਕਲ ਗਈ, ਹੁਣ ਇਹਦੀ ਯਾਦ ਆ ਗਈ ਹੈ ਤੈਨੂੰ, ਪਰ ਮੈਂ ਨਹੀਂ ਆਪਣੀ ਧੀ ਤੇਰੇ ਨਾਲ ਤੋਰਨੀ। ਨਹੀਂ ਉਹ, ਮੈਂ ਇਸ ਕਰਕੇ ਨਹੀਂ ਇਹਨੂੰ ਲਿਜਾਣ ਵਾਸਤੇ ਆਈ, ਮੈਂ ਜਿਹੜੇ ਪਾਪ ਕੀਤੇ ਆ ਨਾ, ਮੈਂ ਉਹ ਧੋਣ ਵਾਸਤੇ ਇਹਨੂੰ ਲੈ ਕੇ ਜਾਣ ਨੂੰ ਆਈ ਹਾਂ। ਦੇਖ ਲਾ, ਪੁੱਛ ਲਾ ਕੁੜੀ ਨੂੰ, ਜੇ ਜਾਂਦੀ ਹੈ ਤਾਂ ਲੈ ਜਾ ਆਪਣੇ ਨਾਲ। ਨਹੀਂ ਨਹੀਂ ਮਾਸੀ, ਮੈਂ ਕਿਤੇ ਨਹੀਂ ਜਾਣਾ ਤੁਹਾਨੂੰ ਛੱਡ ਕੇ। ਜਿਹੜੇ ਇਹਨਾਂ ਨੇ ਪਹਿਲਾਂ ਮੈਨੂੰ ਜ਼ਖਮ ਦਿੱਤੇ ਉਹ ਹਲੇ ਤੱਕ ਨਹੀਂ ਭਰੇ, ਤੇ ਮੈਂ ਅੱਗੋਂ ਕਿੱਥੋਂ ਸਹਿ ਲੂੰਗੀ? ਦੇਖ ਲਾ ਪੁੱਤ, ਤੇਰੇ ਅੱਗੇ ਨਾ ਮਿਹਨਤ ਤਰ ਲਈ ਆ, ਤੁਰ ਪਾ ਮੇਰੇ ਨਾਲ। ਨਹੀਂ ਨਹੀਂ, ਮੈਂ ਨਹੀਂ ਜਾਣਾ ਤੁਹਾਡੇ ਨਾਲ, ਤੇ ਗਾਂ ਤੋਂ ਇਹ ਕੋਸ਼ਿਸ਼ ਵੀ ਨਾ ਕਰਿਓ, ਤੁਸੀਂ ਹੁਣ ਜਾ ਸਕਦੇ ਹੋ। ਮਾਸੀ, ਤੁਹਾਨੂੰ ਕੀ ਲੱਗਦਾ, ਮੈਨੂੰ ਜਾਣਾ ਚਾਹੀਦਾ ਇਹਨਾਂ ਦੇ ਨਾਲ? ਨਾ ਨਾ ਪੁੱਤ, ਮੈਨੂੰ ਪਤਾ ਇਹ ਕਿਉਂ ਆਈ ਸੀਗੀ। ਪਹਿਲੀ ਗੱਲ ਤਾਂ ਨਾ, ਮੈਂ ਤੈਨੂੰ ਜਾਣ ਨਹੀਂ ਦਿੰਦੀ, ਕਿਉਂਕਿ ਮੈਂ ਤੇਰੇ ਬਿਨਾਂ ਹੁਣ ਰਹਿ ਨਹੀਂ ਸਕਦੀ। ਦੂਜੀ ਗੱਲ, ਹੁਣ ਇਹਦੀ ਔਲਾਦ ਹੱਥੋਂ ਨਿਕਲ ਗਈ ਆ ਤੇ ਇਹਨਾਂ ਨੂੰ ਰੋਟੀ ਨਹੀਂ ਮਿਲਦੀ, ਤੇ ਨਾਲੇ ਉਹ ਕਰ ਜਿਹੜਾ ਤੇਰੇ ਨਾਂ ਹੈ ਨਾ, ਉਹ ਤੇਰੇ ਤੋਂ ਮਿੱਠੀ ਪਿਆਰੀ ਹੋ ਕੇ ਸੈਨ ਕਰਵਾਉਣਾ ਚਾਹੁੰਦੀ ਆ ਤੇ ਆਪਣੇ ਨਾਲ ਲਵਾਉਣਾ ਚਾਹੁੰਦੀ ਆ, ਤਾਂ ਤੈਨੂੰ ਲੈਣ ਆਈ ਆ। ਦੇਖ ਲਓ ਮਾਸੀ ਜੀ, ਦੁਨੀਆ ਕਿੰਨੀ ਚੰਡ ਹੈ ਨਾ, ਵੀ ਆਪਦੇ ਮਤਲਬ ਲਈ ਕਿਸੇ ਨਾਲ ਵੀ ਮਿੱਠੀ ਪਿਆਰੀ ਹੋ ਜਾਂਦੇ ਆ। ਪੁੱਤ, ਦੁਨੀਆ ਨਾ ਸਿਰਫ ਪੈਸੇ ਦੀ ਆ, ਜਿਹਦੇ ਕੋਲ ਪੈਸੇ ਨੇ ਰਿਸ਼ਤੇਦਾਰ ਵੀ ਉਹਦੇ ਨੇ, ਤੇ ਜਿਹਦੇ ਕੋਲ ਨਹੀਂ ਪੈਸੇ ਤੇ ਉਹ ਇਕੱਲਾ ਹੀ ਰਹਿੰਦਾ ਗਾ। ਚੱਲ ਕੋਈ ਨਾ, ਹੁਣ ਤੂੰ ਬੋਝ ਨਾ ਪਾ, ਮੈਂ 2 ਮਿੰਟ ਕੰਮ ਹੋ ਕੇ ਆਈ। ਮੈਂ ਇੱਕ ਵਾਰ ਦੁਬਾਰਾ ਇਹਨਾਂ ਨੂੰ ਫੋਨ ਲਾ ਕੇ ਦੇਖਾਂ। The number you are trying to call is currently not reachable. Please try again later. ਵੈਸੇ ਨਹੀਂ ਸੁੱਤਾ, ਤੁਸੀਂ ਇਹਨੂੰ ਚੱਕ ਕੇ ਗੋਦੀ ਬੈਠੇ ਰਹੇ ਹੋ ਤੇ ਹੁਣ ਵੀ ਇਹ ਜਿਹਾ ਸੁੱਤਾ ਹੋਇਆ, ਤੁਸੀਂ ਤਾਂ ਵੀ ਲਾਡ ਲੜਾਈ ਜਾਂਦੇ ਹੋ, ਇਹਨੂੰ ਗੋਦੀ ਦੀ ਆਦਤ ਪੈ ਜਾਣੀ ਹੈ। ਸੁੱਤਾ ਹੋਇਆ ਇਹਨੂੰ ਇੱਥੇ ਲੰਮੇ ਪਾ ਦਿਓ ਤੇ ਤੁਸੀਂ ਥੋੜ੍ਹੀ ਦੇਰ ਰੈਸਟ ਕਰ ਲਓ। ਐਵੇਂ ਮੈਂ ਕਿਵੇਂ ਇਹਨੂੰ ਗੋਦੀ ਹੋਈ ਲਾ ਦੇਵਾਂ, ਮੇਰਾ ਇਹਦੇ ਨਾਲ ਸੋਹਣਾ ਟਾਈਮ ਲੰਘਦਾ ਪਿਆ, ਕਰ ਲੂੰਗੀ ਮੈਂ ਆਪਣਾ ਰੈਸਟ। ਮੰਮੀ, ਮੈਂ ਤਾਂ ਕਹਿੰਦੀ ਸੀ ਵੀ ਸੁੱਤਾ ਪਿਆ, ਜਦੋਂ ਤੁਸੀਂ ਰੈਸਟ ਕਰ ਲਓ, ਜਦੋਂ ਉੱਠ ਜਾਏਗਾ ਜਿਹੜਾ ਲਾਡ ਲੜਾਉਣਾ ਲੜਾ ਲਿਓ। ਕੋਈ ਨਹੀਂ, ਨਾਲੇ ਮੇਰੀ ਗੱਲ ਸੁਣ, ਤੂੰ ਇੱਦਾਂ ਕਿੱਦਾਂ ਬੈਠੀ ਹੈ, ਤੂੰ ਸਗੋਂ ਰੈਸਟ ਕਰ, ਇੰਨਾ ਟਾਈਮ ਨਾ ਬੈਠੀ ਦਾ ਨਹੀਂ ਹੁੰਦਾ। ਮੰਮੀ,
ਲੰਮੇ ਪੈ ਪੈ ਕੇ ਨਾ ਮੇਰਾ ਵੀ ਲੱਕ ਦੁਖਣ ਲੱਗ ਜਾਂਦਾ, ਮੇਰੇ ਤੋਂ ਜ਼ਿਆਦਾ ਦੇਰ ਨਹੀਂ ਪਿਆ ਜਾਂਦਾ, ਜਦੋਂ ਲੋੜ ਹੋਈ ਉਦੋਂ ਆਪੇ ਟੈਸਟ ਕਰ ਲੈਂਦੀ। ਨਾਲੇ ਤੂੰ ਖਾਧਾ ਪੀਤਾ ਕੀ ਆ ਸਵੇਰ ਦਾ? ਦੁੱਧ 'ਚ ਦੇਸੀ ਘਿਓ ਪਾ ਕੇ ਜੈਸਮੀਨ ਨੇ ਤੈਨੂੰ ਦਿੱਤਾ ਕਿ ਉਹ ਵੀ ਭਤੀਜੇ ਦੇ ਚੱਕਰ 'ਚ ਭੁੱਲੀ ਬੈਠੀ ਆ? ਨਾ ਨਾ ਮੰਮੀ, ਐਵੇਂ ਤਾਂ ਦੀਦੀ ਮੈਨੂੰ ਘੰਟੇ ਘੰਟੇ ਬਾਅਦ ਆ ਕੇ ਪੁੱਛਦੇ ਪਏ ਨੇ, ਜੇ ਕਿਸੇ ਚੀਜ਼ ਦੀ ਲੋੜ ਹੈਗੀ ਤਾਂ ਦੱਸ ਦਿਓ, ਫਿਰ ਜੇ ਮੈਨੂੰ ਕੁਛ ਚਾਹੀਦਾ ਹੁੰਦਾ ਤਾਂ ਮੈਂ ਦੀਦੀ ਨੂੰ ਕਹਿ ਦਿੰਦੀ ਹਾਂ ਅਤੇ ਉਹ ਲਿਆ ਦਿੰਦੇ ਨੇ। ਦੇਖ ਪੁੱਤ, ਮੈਨੂੰ ਨਾ ਕੱਲ੍ਹ ਪਰਸੋਂ ਤੋਂ ਇਹ ਲੱਗੀ ਜਾਂਦਾ ਵੀ ਤੂੰ ਨਾ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੈ। ਕੀ ਹੋਇਆ? ਕਰ ਪੁੱਤ ਮੇਰੇ ਨਾਲ, ਮੈਂ ਨਾ ਗੁੱਸਾ ਨਹੀਂ ਕਰਦੀ। ਪੁੱਤ ਐਵੇਂ ਸਿਰ ਸੁੱਟ ਕੇ ਤਾਂ ਨਹੀਂ ਗੱਲ ਬਣਨੀ, ਜੇ ਕੋਈ ਗਿਲੇ ਸ਼ਿਕਵੇ ਹੈ ਤਾਂ ਮੇਰੇ ਨਾਲ ਕਰ ਲੈ, ਐਵੇਂ ਮੈਂ ਗੁੱਸਾ ਨਹੀਂ ਕਰਦੀ। ਕੁਛ ਨਹੀਂ ਮੰਮੀ, ਬਸ 2 ਦਿਨ ਹੋ ਗਏ ਇਹਨੂੰ ਆਏ ਨੂੰ ਅਤੇ ਸਾਰੇ ਜਣੇ ਬੜੇ ਖੁਸ਼ ਨੇ, ਜੈਸਮੀਨ ਦੀਦੀ, ਤੁਸੀਂ, ਮੈਂ ਵੀ ਬੜੀ ਖੁਸ਼ ਹਾਂ। ਪਰ ਇਹ ਖੁਸ਼ੀ ਜਿਹਦੇ ਨਾਲ ਪੂਰੀ ਹੋਣੀ ਸੀ ਅੱਜੂ, ਉਹ ਤਾਂ ਹੈ ਹੀ ਨਹੀਂ। ਮੰਮੀ, ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੀ ਸੀ ਵੀ ਜਿਹੜੀਆਂ ਚੀਜ਼ਾਂ ਤੁਸੀਂ ਹੁਣ ਕਰ ਰਹੇ ਹੋ, ਪਿਆਰ ਕਰਦੇ ਪਏ ਹੋ ਮੈਨੂੰ, ਮੈਨੂੰ ਨੂੰਹ ਨਹੀਂ ਧੀ ਬਣਾ ਕੇ ਰੱਖਿਆ ਹੋਇਆ, ਜੇ ਇਹੀ ਚੀਜ਼ਾਂ ਤੁਸੀਂ ਪਹਿਲੇ ਕਰ ਲੈਂਦੇ ਤਾਂ ਫਿਰ ਤੁਹਾਡੇ ਕੋਲ ਹੁਣ ਤੁਹਾਡੇ ਜੀਣ ਦਾ ਸਹਾਰਾ ਆ ਗਿਆ, ਜੈਸਮੀਨ ਦੀਦੀ ਲਾਈਫ ਵੀ ਵਧੀਆ ਚੱਲੀ ਜਾਂਦੀ ਹੈ, ਪਰ ਮੇਰਾ ਕੀ, ਮੈਂ ਸਾਰੀ ਜ਼ਿੰਦਗੀ ਬਿਨਾਂ ਆਦਮੀ ਤੋਂ ਕਿਵੇਂ ਕੱਟਣੀ ਹੈ? ਹਾਂ ਪੁੱਤ, ਜਿਸ ਹਾਲਾਤ 'ਚ ਤੂੰ ਅੱਜ ਆ ਨਾ, ਮੈਂ ਅਤੇ ਜੈਸਮੀਨ ਅਸੀਂ ਉਹਦਾ ਕਸੂਰਵਾਰ ਹਾਂ, ਜੋ ਕੁਛ ਤੂੰ ਵੀ ਸਾਨੂੰ ਦੋਨਾਂ ਨੂੰ ਸਜ਼ਾ ਦੇਣੀ ਚਾਹਵੇ ਨਾ, ਸਾਨੂੰ ਮਨਜ਼ੂਰ। ਮੰਮੀ, ਮੈਂ ਕੌਣ ਹੁੰਦੀ ਹਾਂ ਤੁਹਾਨੂੰ ਸਜ਼ਾ ਦੇਣ ਵਾਲੀ? ਤੁਹਾਡਾ ਮੁੰਡਾ ਖੋ ਕੇ ਰੱਬ ਨੇ ਤੁਹਾਨੂੰ ਇੰਨੀ ਵੱਡੀ ਸਜ਼ਾ ਦੇ ਦਿੱਤੀ, ਜੈਸਮੀਨ ਦੀ ਤਾਂ ਜਵਾਕ ਨਹੀਂ ਹੁੰਦਾ ਪਿਆ, ਉਸ ਪੱਖੋਂ ਵੀ ਤੁਸੀਂ ਦੁਖੀ ਹੋ। ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਲੋਕ ਜਿਹੜਾ ਵੀ ਆਪਣਾ ਕਰਮ ਕਰਦੇ ਨੇ ਨਾ, ਉਹ ਵਧੀਆ ਕਰਨ, ਕਿਉਂਕਿ ਆਉਣ ਵਾਲਾ ਫਿਊਚਰ ਉਹਨਾਂ ਦੇ ਕਰਮ ਦਾ ਨਤੀਜਾ ਹੀ ਹੁੰਦਾ। ਹਾਂ ਪੁੱਤ, ਗਲਤੀਆਂ ਹੋਈਆਂ ਨੇ, ਵੱਧ ਹੋਈਆਂ ਨੇ, ਸਜ਼ਾ ਮਿਲੀ ਹੈ ਉਹ ਵੀ ਸਾਨੂੰ ਵੱਧ ਮਿਲੀ ਹੈ। ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਨੂੰਹਾਂ ਨੂੰ ਘਰ ਦੀ ਧੀ ਬਣਾ ਕੇ ਰੱਖੋ ਪਰ ਬਾਹਰ ਨਾ ਕੱਢੋ। ਮੰਮੀ, ਨੂੰਹਾਂ ਨੂੰ ਤਾਂ ਧੀਆਂ ਬਣਾਉਣਾ ਬਹੁਤ ਔਖਾ ਹੈ, ਨੂੰਹਾਂ ਨੂੰ ਕੋਈ ਕੋਈ ਜਰਦਾ, ਪਰ ਮੈਂ ਇਹ ਗੱਲ ਸੋਚ ਕੇ ਹੈਰਾਨ ਹਾਂ ਕਿ ਜਿਹੜੇ ਪੁੱਤ ਨੂੰ ਤੁਸੀਂ ਐਡੇ ਤੋਂ ਵੱਡਾ ਕਰਦੇ ਹੋ, ਤੁਸੀਂ ਉਹਦੇ ਖਿਲਾਫ਼ ਕਿਵੇਂ ਹੋ ਜਾਂਦੇ ਹੋ? ਤੁਹਾਡਾ ਕਿਵੇਂ ਜੀ ਕਰ ਪੈਂਦਾ ਕਿ ਉਹਦੇ ਖਿਲਾਫ਼ ਸਾਜ਼ਿਸ਼ਾਂ ਕਰਕੇ ਉਹਨੂੰ ਹੀ ਘਰੋਂ ਬਾਹਰ ਕੱਢ ਦਈਏ? ਗੱਲ ਤਾਂ ਤੂੰ ਸਹੀ ਕਹੀ ਹੈ, ਵੈਸੇ ਆਹ ਚੀਜ਼ ਸੋਚ ਕੇ ਤਾਂ ਮੇਰੀ ਰੂਹ ਹੋਰ ਜ਼ਿਆਦਾ ਕੰਬ ਜਾਂਦੀ ਹੈ ਕਿ ਜਿਹੜੀ ਭੈਣ ਸੋਹਣੀ ਤੋਂ ਸੋਹਣੀ ਰੱਖੜੀ ਆਪਣੇ ਭਰਾ ਲਈ ਲਿਆ ਕੇ ਉਹਦੇ ਸੋਹਣੇ ਜਿਹੇ ਗੁੱਟ 'ਤੇ ਸਜਾਉਂਦੀ ਹੈ, ਉਸੇ ਗੁੱਟ ਤੋਂ ਫੜ ਕੇ ਉਹਨੂੰ ਘਰੋਂ ਬਾਹਰ ਕੱਢਦੀ ਹੈ, ਇੰਨਾ ਹੌਂਸਲਾ ਕਿਵੇਂ ਪੈ ਜਾਂਦਾ? ਭੈਣਾਂ ਪਹਿਲੇ ਭਰਾਵਾਂ ਦਾ ਵਿਆਹ ਬੜੀ ਗੱਜ ਵੱਜ ਕੇ ਕਰਦੀਆਂ ਨੇ, ਫਿਰ ਉਸੇ ਭਰਾ ਦਾ ਘਰ ਵੀ ਉਜਾੜ ਦਿੰਦੀਆਂ ਨੇ, ਨਾਲੇ ਅੱਜ ਕੱਲ੍ਹ ਤਾਂ ਰਿਸ਼ਤੇ ਵੀ ਤਾਰ ਤਾਰ ਹੋਏ ਪਏ ਨੇ, ਰਿਸ਼ਤਿਆਂ ਦੇ ਵਿੱਚ ਕੜਵਾਹਟ ਜ਼ਿਆਦਾ ਵੱਧ ਗਈ ਹੈ ਕਿਉਂਕਿ ਇੰਟਰਫੇਰੈਂਸ ਹੀ ਜ਼ਿਆਦਾ ਹੋ ਗਈ ਹੈ। ਚੱਲ ਪੁੱਤ, ਤੂੰ ਮੈਨੂੰ ਨਾ ਪਿਛਲੇ ਕੀਤੇ ਹੋਏ ਨਾ ਯਾਦ ਨਾ ਕਰਾ, ਜਦੋਂ ਮੈਨੂੰ ਯਾਦ ਆਉਂਦੇ ਆ ਤਾਂ ਫਿਰ ਮੈਂ ਨਾ ਇਕੱਲੀ ਬਹਿ ਕੇ ਰੋਂਦੀ ਹਾਂ ਵੀ ਆਹ ਕੀ ਹੋ ਗਿਆ ਮੇਰੇ ਤੋਂ। ਤੁਹਾਨੂੰ ਲੱਗਦਾ ਕਿ ਮੈਂ ਤੁਹਾਨੂੰ ਸੁਣਾ ਰਹੀ ਹਾਂ, ਪਰ ਮੈਨੂੰ ਪਤਾ ਨਾ ਕਿ ਮੈਂ ਜ਼ਿੰਦਗੀ ਕਿਵੇਂ ਕੱਟ ਰਹੀ ਹਾਂ, ਔਖਾ ਹੀ ਹੈ। ਚੱਲ ਪੁੱਤ, ਹੁਣ ਤੂੰ ਨਾ ਰੈਸਟ ਕਰ ਲੈ, ਇਹਨੂੰ ਮੈਂ ਉੱਧਰ ਲੈ ਜਾਂਦੀ ਹਾਂ, ਇਹ ਨਾ ਆਪਣੀ ਦਾਦੀ ਨਾਲ ਪਿਆ ਰਹੂਗਾ। ਅੱਖ ਬਚਾ ਕੇ ਮੰਮੀ ਲੰਘ ਤਾਂ ਗਏ ਕਿਉਂਕਿ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਕੋਈ ਗੱਲ ਨਹੀਂ। ਹਾਂ ਪੁੱਤ, ਜੋ ਤੂੰ ਕੁਛ ਪੁੱਛਦੀ ਪਈ ਹੈ ਨਾ, ਉਹਨਾਂ ਗੱਲਾਂ ਦਾ ਮੇਰੇ ਕੋਲ ਜਵਾਬ ਤਾਂ ਹੈ ਨਹੀਂ, ਪਰ ਇੱਕ ਚੰਗੀ ਮਾਂ ਤਾਂ ਨਹੀਂ ਮੈਂ ਬਣ ਪਾਈ, ਪਰ ਇੱਕ ਚੰਗੀ ਸੱਸ ਜ਼ਰੂਰ ਬਣਾਂਗੀ। ਉਹ
ਪਵਨ ਤੂੰ ਇੰਨੀ ਧੁੱਪੇ? ਜੈਸਮੀਨ ਦੀਦੀ ਉਹ ਘਰੇ ਮਨ ਜਿਹਾ ਨਹੀਂ ਲੱਗਦਾ ਪਿਆ ਸੀਗਾ, ਨਾਲੇ ਮੈਂ ਕਿਹਾ ਥੋੜ੍ਹੀ ਦੇਰ ਕਾਕੇ ਨਾਲ ਖੇਡ ਜਾਂਦਾ, ਤਾਂ ਫਿਰ ਕਾਕੇ ਵਾਸਤੇ ਕੁਛ ਸਮਾਨ ਲੈ ਕੇ ਆਇਆ ਸੀ, ਨਾਲੇ ਮੈਂ ਕਿਹਾ ਭੈਣ ਨੂੰ ਮਿਲ ਜਾਂਦਾ। ਆ ਤਾਂ ਤੂੰ ਬੜਾ ਹੀ ਵਧੀਆ ਕੀਤਾ, ਰਿਆਈ ਵਿਚਾਰੀ ਇਕੱਲੀ ਪਈ ਪਈ ਨਾ ਵੱਡ ਤੇ ਬੋਰ ਜਿਹੀ ਹੋਈ ਜਾਂਦੀ ਸੀ, ਚਲਾ ਅੰਦਰ। ਵੈਸੇ ਜੈਸਮੀਨ ਦੀਦੀ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨ ਆਇਆ ਸੀ, ਜੇ ਤੁਸੀਂ ਰੀਆ ਭੈਣ ਨੂੰ ਨਾ ਦੱਸੋ ਤਾਂ। ਹਾਂ ਤੇ ਦੱਸ, ਉਹ ਵੀ ਤੇਰੀ ਭੈਣ ਹੈ, ਮੈਂ ਵੀ ਤੇਰੀ ਭੈਣ ਹੈ, ਮੈਂ ਕਿਹੜੀ ਗੱਲ ਦਾ ਗੁੱਸਾ ਕਰ ਲੈਣਾ? ਨਹੀਂ ਤੁਸੀਂ ਕਰ ਲੈਣਾ ਗੁੱਸਾ ਰਹਿਣ ਦੋ। ਓਏ ਹੋਏ ਨਹੀਂ ਕਰਦੀ ਗੱਲ ਤਾਂ ਦੱਸ। ਉਹ ਨਾ ਮੈਂ 2-3 ਦਿਨ ਤੋਂ ਨੋਟ ਕਰ ਰਿਹਾ ਵਾਂ, ਤੁਸੀਂ ਧੁੱਪੇ ਰਹਿ ਰਹੇ ਕਾਲੇ ਹੋ ਗਏ। ਇੰਨੇ ਨਹੀਂ ਸੁਧਰਨਾ ਪੁੱਠੇ ਪੰਗੇ ਲੈਣ ਤੋਂ। ਆ ਗਿਆ ਤੂੰ? ਕੌਣ ਆ ਗਿਆ? ਤੇਰੀ ਹੀ ਗੱਲ ਕਰਦੀ ਪਈ ਆ। ਆ ਗਿਆ ਤੂੰ? ਤੈਨੂੰ ਕਿੱਦਾਂ ਪਤਾ ਲੱਗ ਜਾਂਦਾ? ਬੁੱਝ ਲੈਂਦੀ ਆ ਮੈਂ। ਉੱਠ ਫਿਰ, ਉੱਠ, ਪਈ ਹੋਈ ਆ। ਕਿਵੇਂ ਆ ਮੇਰੀ ਭੈਣ? ਵਧੀਆ, ਤੂੰ ਦੱਸ। ਕਾਕਾ ਕਿੱਥੇ ਆ? ਕਾਕਾ ਤਾਂ ਉੱਧਰ ਮੰਮੀ ਕੋਲੇ ਆ ਨਾ, ਤੂੰ ਇੱਥੇ ਕੀ ਕਰਦਾ? ਕੰਮ ਤੇ ਨਹੀਂ ਗਿਆ? ਸਿਖਰ ਦੇ ਪਹਿਲੇ ਹੀ ਫਿਰਦਾ ਰਿਹਾ ਕਰ। ਤੇਰਾ ਮੈਨੂੰ ਲੱਗੀ ਜਾਂਦਾ ਵਾ, ਉੱਤੇ ਆ ਜਾਂਦਾ ਹੈ। ਮੈਂ ਇੰਨੀ ਧੁੱਪ 'ਚ ਆਇਆ, ਕੋਈ ਉੱਠ ਕੇ ਬੰਦਾ ਠੰਡਾ ਪਾਣੀ ਦਿੰਦਾ ਹੈ, ਉੱਪਰੋਂ ਮੈਨੂੰ ਕਹਿੰਦੀ ਅਵਾਰਾ ਗਰਦੀ ਕਰੀ ਜਾਂਦਾ। ਪਾਣੀ ਪੀਣਾ ਨਾ ਤੈਨੂੰ ਜੈਸਮੀਨ ਦੀਦੀ ਲਿਆ ਦਿੰਦੇ ਨੇ, ਮੇਰਾ ਹਜੇ ਬਹੁਤਾ ਤੁਰਨਾ ਫਿਰਨਾ ਮਨਾ ਹੈ। ਉਹ ਆਹੋ, ਤੂੰ ਆਟੋ ਕਰਕੇ ਖੂਹ ਤੇ ਜਾਣਾ, ਉੱਥੋਂ ਘੜਾ ਭਰ ਕੇ ਲੈ ਕੇ ਆਉਣਾ ਭਰਾ ਵਾਸਤੇ। ਇੰਨੀਆਂ ਗੱਪਾਂ ਮਾਰਦਾ, ਥੱਕਦਾ ਨਹੀਂ ਹੈ ਸਾਰਾ ਸਾਰਾ ਦਿਨ? ਕਈ ਵਾਰੀ ਬੰਦੇ ਦਾ ਮੂਡ ਨਹੀਂ ਵੀ ਹੁੰਦਾ ਮਜ਼ਾਕ ਕਰਨ ਦਾ, ਥੋੜ੍ਹੀਆਂ ਬਹੁਤ ਸਿਆਣੀਆਂ ਗੱਲਾਂ ਕਰ ਲਿਆ ਕਰ। ਮੈਂ ਤਾਂ ਕਹਿ ਹੀ ਰਿਹਾ ਮੇਰਾ ਵਿਆਹ ਕਰ ਦੋ, ਮੈਂ ਆਪੇ ਉਹਦਾ ਵੀ ਸਿਰ ਖਾਇਆ ਕਰੂੰਗਾ, ਨਾਲੇ ਸਿਆਣੀਆਂ ਗੱਲਾਂ ਵੀ ਉਹਦੇ ਨਾਲ ਹੀ ਕਰਿਆ ਕਰੂੰਗਾ। ਤੇਰੀ ਫੂਲਮਤੀ ਦਾ ਕੀ ਬਣਿਆ? ਫੋਨ ਕਰੀ ਜਾਂਦੀ ਆ ਸਵੇਰ ਦੀ, ਮੈਂ ਚੱਕਦਾ ਹੀ ਨਹੀਂ ਪਿਆ। ਕਿਉਂ? ਨਹੀਂ ਬੰਨੀ ਨਹੀਂ ਗੱਲ, ਤੈਨੂੰ ਪਤਾ ਪਰਸੋਂ ਜਦੋਂ ਮੰਮੀ ਨੂੰ ਲੈ ਕੇ ਆਇਆ ਸੀ, ਮੰਮੀ ਨੇ ਫਿਰ ਉਹੀ ਗੱਲਾਂ, ਕਹਿੰਦੇ ਮੈਂ ਉੱਧਰ ਰੀਆ ਕੋਲ ਤਾਂ ਜਾਣਾ ਜੇ ਤੂੰ ਮੇਰੀ ਗੱਲ ਮੰਨੇਗਾ। ਹੁਣ ਜੇ ਮੰਮੀ ਦੀ ਗੱਲ ਮੰਨੀ ਆ ਤਾਂ ਮੰਮੀ ਇੱਧਰ ਆਈ, ਜੇ ਮੰਮੀ ਇੱਧਰ ਨਾ ਆਉਂਦੀ ਫਿਰ ਤੇਰੀ ਆਹ ਨਨਾਣ ਨੇ ਤੇ ਤੇਰੀ ਸੱਸ ਨੇ ਇਹ ਸੋਚਣਾ ਸੀ ਮੇਰੀ ਮਾਂ ਇਹਨਾਂ ਖੜਦੀ ਨੇ, ਕਿਤੇ ਫਿਰ ਨਾ ਤੈਨੂੰ ਇਹ ਤੰਗ ਕਰਨਾ ਸ਼ੁਰੂ ਕਰ ਦੇ। ਕਮਾਲ ਹੀ ਹੈ, ਔਖਾ ਹੈ ਵੈਸੇ ਮੰਮੀ ਦਾ। ਕੋਈ ਬੰਦਾ ਦੁਨੀਆਂ ਤੇ ਇਹੋ ਜਿਹਾ ਨਹੀਂ ਬਣਿਆ ਜਿਹੜਾ ਮੰਮੀ ਨੂੰ ਸਮਝਾ ਸਕੇ, ਮੰਮੀ ਤਾਂ ਨਾਨੀ ਦੇ ਹੱਥ ਵੀ ਨਹੀਂ ਆਉਂਦੀ। ਲੈ ਵੀਰੇ ਪਾਣੀ ਪੀ ਲੈ। ਰੀਆ ਨਾਲੇ ਇਹਨੂੰ ਸਮਝਾ ਲੈ, ਮੈਨੂੰ ਬੜੀਆਂ ਮਸ਼ਕਰੀਆਂ ਕਰਨ ਲੱਗ ਪਈ। ਵੇ ਤੂੰ ਕੀ ਕਹਿ ਕੇ ਆਇਆ ਦੀਦੀ ਨੂੰ? ਦੀਦੀ ਪੱਕਾ ਇਹਨੂੰ ਕੋਈ ਗਾਪੀ ਮਾਰੀ ਹੋਣੀ ਹੈ, ਹੋਰ ਇਹਨੂੰ ਆਉਂਦਾ ਹੀ ਕੀ ਹੈ? ਚੱਲ ਕੋਈ ਨਾ ਛੱਡ, ਭਰਾਵਾਂ ਨੇ ਜੇ ਭੈਣਾਂ ਨਾਲ ਨਹੀਂ ਮਜ਼ਾਕ ਕਰਨਾ ਤੇ ਕਿਹਦੇ ਨਾਲ ਕਰਨਾ? ਹੋਰ ਸੁਣਾ ਪਵਨ, ਸਭ ਠੀਕ ਠਾਕ ਹੈ? ਦੇਖ ਲੈ ਜੈਸਮੀਨ ਜਿਹਦੇ ਕਿੰਨੇ ਸਿਆਣੇ ਨੇ, ਪੂਰੀਆਂ ਸਿਆਣੀਆਂ ਗੱਲਾਂ ਕਰਦੇ ਨੇ, ਥੋੜੀ ਅਕਲ ਸਿੱਖ ਲੈ ਇਹਨਾਂ ਤੋਂ। ਹਾਂ ਸਿੱਖ ਲੂੰਗੀ, ਹੁਣ ਤੂੰ ਮੈਨੂੰ ਪਕਾਣਾ ਬਹੁਤਾ। ਚੱਲ ਪਾਕਾ ਨਾ, ਆਹ ਦੇਖੋ ਮੈਂ ਕੀ ਲੈ ਕੇ ਆਇਆ, ਆਹ ਦੇਖ ਮਿਊਜ਼ਿਕ ਚੱਲਦਾ। Thank you.
ਪਸੰਦ ਆ ਨਾ, ਜੇ ਕੁਛ ਹੋਰ ਲੈਣਾ ਦੱਸ ਦੇ, ਖਿਡੌਣੇ ਮੇਰੇ ਕੋਲ ਬਹੁਤ ਨੇ। ਬਹੁਤ ਨੇ ਇਹਦੇ ਲੱਗਦੇ ਆ, ਇਹ ਕਿਹੜੇ ਜਵਾਕ ਦੇ ਚੱਕ ਕੇ ਲੈ ਕੇ ਆਏ? ਜਿਹੜੇ ਨਵੇਂ ਖਿਡੌਣੇ ਹੁੰਦੇ ਨੇ ਨਾ ਉਹ ਡੱਬੇ 'ਚ ਬੰਦ ਹੁੰਦੇ ਨੇ, ਆਪਦੀ ਭੈਣ ਨੂੰ ਮੈਂਟਲ ਸਮਝਿਆ? ਦੱਸ ਕਿਤੇ ਚੱਕ ਕੇ ਲੈ ਕੇ। ਉਹ ਨਹੀਂ ਨਹੀਂ ਸੱਚੀ ਕਹਿੰਦਾ, ਦੁਕਾਨ ਤੋਂ ਲੈ ਕੇ ਆਇਆ ਵਾ, ਉਹਨਾਂ ਡੱਬਿਆਂ ਦਾ ਇੱਕ ਤਾਂ ਮੈਨੂੰ ਭਾਰ ਜਿਹਾ ਲੱਗਦਾ ਪਿਆ ਸੀਗਾ, ਨਾਲੇ ਡੱਬੇ ਮੈਂ ਕਿਹਾ ਕਰਨੇ ਵੀ ਕੀ ਆ, ਨਾਲੇ ਨਾ ਉਹ ਰੇਟ ਨਹੀਂ ਲੈਸ ਕਰਦਾ ਸੀ, ਮੈਂ ਕਿਹਾ ਤੂੰ ਸਾਰੇ ਡੱਬੇ ਰੱਖ ਲਾ, 20 ਰੁਪਏ ਉਹਨੇ ਛੱਡ ਤੇ, ਤਾਂ ਮੈਂ ਲਫਾਫੇ 'ਚ ਪਾ ਕੇ ਲਿਆ, ਸੱਚੀ ਨਵੇਂ ਨੇ ਆ ਰੇ। ਜੇ ਮੈਂ ਕਿਹਾ ਬੱਚੇ ਦੇ ਖੋਖ ਲਿਆਂਦਾ ਤੇ ਆਹ ਉਹਨੇ ਦੇਣਾ ਤੇ ਆਪਾਂ ਐਂ ਗੱਲਾਂ ਕਰੀ ਜਾਂਦੀ। ਦੀਦੀ ਇਹਨੂੰ ਸਮਝਾਓ ਭੋਰਾ। ਤੁਸੀਂ ਵੈਸੇ ਦੋਨੋਂ ਭੈਣ ਭਰਾ ਨਾ ਏਦਾਂ ਹੱਸਦੇ, ਬੜੇ ਸੋਹਣੇ ਲੱਗਦੇ ਹੋ। ਪਵਨ ਤੂੰ ਨਾ ਛੇਤੀ ਗੇੜਾ ਮਾਰਦਾ ਰਿਹਾ ਕਰ, ਰਿਆ ਦਾ ਇਹ ਵਾਲਾ ਚਿਹਰਾ ਤਾਂ ਸਾਨੂੰ ਕਦੀ ਕਦੀ ਦੇਖਣ ਨੂੰ ਮਿਲਦਾ। ਹਾਂਜੀ ਦੀਦੀ, ਜ਼ਿੰਦਗੀ ਦੇ ਵਿੱਚ ਨਾ ਭੈਣ ਵਾਸਤੇ ਭਰਾ ਤੇ ਭਰਾ ਵਾਸਤੇ ਭੈਣ ਦੋਵੇਂ ਹੀ ਬੜੇ ਜ਼ਰੂਰੀ ਨੇ। ਮੈਂ ਤੁਹਾਡਾ ਦੁੱਖ ਸਮਝ ਸਕਦੀ ਹਾਂ, ਪਰ ਹੁਣ ਆਪਾਂ ਉਹ ਗੱਲਾਂ ਨਾ ਹੀ ਕਰੀਏ ਤੇ ਜ਼ਿਆਦਾ ਵਧੀਆ। ਚਲੋ ਹੁਣ ਤੁਸੀਂ ਦੋਨੋਂ ਭੈਣ ਭਰਾ ਨਾ ਗੱਲਾਂ ਕਰੋ। ਪਵਨ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਹਾਂ। ਬਾਹਰ ਨਾ ਦੀਦੀ ਧੁੱਪ ਬਹੁਤ ਹੈ, ਤੈਨੂੰ ਪਤਾ ਹੀ ਹੈ ਮੈਂ ਚਾਹ ਘੱਟ ਪੀਂਦਾ, ਦੁੱਧ ਵੱਧ ਪੀਂਦਾ, ਤੇ ਦੁੱਧ ਵੀ ਨਹੀਂ ਪੀਣਾ ਪਹਿਲਾਂ। ਚੱਲ ਵੀਰੇ ਰੋਟੀ ਖਾ ਲੈ, ਮੈਂ ਬਣਾ ਕੇ ਲਿਆਉਂਦੀ ਹਾਂ, ਤੁਸੀਂ ਦੋਨੋਂ ਭੈਣ ਭਰਾ ਕਰੋ ਗੱਲਾਂ। ਦੀਦੀ ਤਾਂ ਗਏ, ਹੁਣ ਮਜ਼ਾਕ ਨਹੀਂ, ਸੀਰੀਅਸ ਹੋ ਕੇ ਮੈਨੂੰ ਗੱਲ ਦਾ ਜਵਾਬ ਦੇ, ਵਿਆਹ ਦਾ ਕੀ ਸੋਚਿਆ? ਸੋਚਣਾ ਕੀ ਹੈ ਭੈਣੇ, ਕਰਾਉਣਾ ਤਾਂ ਰਾਧਿਕਾ ਨਾਲ ਹੀ ਕਰਾਉਣਾ, ਨਹੀਂ ਕਰਾਉਣਾ ਤਾਂ ਚੁੱਪ ਕਰਕੇ ਹਲੇ ਕੁਵਾਰਾ ਹੀ ਘੁੰਮੀ ਜਾਂਦਾ ਵਾ, ਹਲੇ ਵੀ ਨਾਲੇ ਉਮਰ ਕਿੱਥੇ ਹੋਈ ਹੈ। ਮੈਂ ਤਾਂ ਇਹ ਸੋਚਦਾ ਕਿ ਮੰਮੀ ਕਿਸੇ ਤਰ੍ਹਾਂ ਮੰਨ ਜਾਣ, ਕਿਉਂਕਿ ਜਦੋਂ ਤੱਕ ਮੰਮੀ ਨਹੀਂ ਨਾ ਮੰਨੂਗੀ ਉਦੋਂ ਤੱਕ ਵਿਆਹ ਕਰਾਏ ਦਾ ਫਾਇਦਾ ਵੀ ਨਹੀਂ ਹੈਗਾ। ਮੰਮੀ ਨਹੀਂ ਮੰਨਦੇ ਪਏ ਤਾਂ ਇਹਦਾ ਮਤਲਬ ਇਹ ਥੋੜੀ ਕਿ ਤੂੰ ਸਾਰੀ ਉਮਰ ਕੁਵਾਰਾ ਰਹੇਗਾ, ਅੱਜ ਨਹੀਂ ਤਾਂ ਕੱਲ੍ਹ ਤੈਨੂੰ ਵਿਆਹ ਤਾਂ ਕਰਾਉਣਾ ਹੀ ਪੈਣਾ। ਜੇ ਤੂੰ ਕਹਿੰਦਾ ਤੇ ਮੈਂ ਨਾਨੀ ਨੂੰ ਕਹਿੰਦੀ ਹਾਂ, ਉਹ ਆਪੇ ਮੰਮੀ ਨਾਲ ਗੱਲ ਕਰ ਲੈਂਦੇ ਨੇ। ਮੈਂ ਕਹਿੰਦਾ ਭੈਣੇ ਹਲੇ ਖੜ ਜਾਂਦੇ ਹਾਂ, ਪਤਾ ਕੀ ਆ ਹੁਣ ਸ਼ਾਇਦ ਜਦੋਂ ਤੂੰ ਇੱਧਰ ਆ ਗਈ ਹੈ ਤਾਂ ਮੰਮੀ ਉੱਧਰ ਆਪਣੇ ਆਪ ਨੂੰ ਇਕੱਲਾ ਫੀਲ ਕਰ ਰਹੇ ਨੇ, ਫਿਰ ਮੰਮੀ ਮੇਰੇ ਵਿਆਹ ਦਾ ਜ਼ੋਰ ਪਾਉਣਾ ਤਾਂ ਚਾਹੁੰਦੇ ਨੇ ਕਿ ਇੱਕ ਨੂੰਹ ਆਜੂਗੀ ਉਹਨਾਂ ਦਾ ਦਿਲ ਲੱਗਿਆ ਰਹੂਗਾ, ਪਰ ਉਹ ਨੂੰਹ ਲਿਆਉਣਾ ਚਾਹੁੰਦੇ ਨੇ ਆਪਣੀ ਪਸੰਦ ਦੀ, ਅਤੇ ਮੈਂ ਉਹਨਾਂ ਦੀ ਨੂੰਹ ਰੱਖੀ ਹੋਈ ਆ ਆਪਣੀ ਪਸੰਦ ਦੀ। ਹੁਣ ਇਹ ਨਹੀਂ ਸਮਝ ਆਉਂਦਾ ਵੀ ਇਹਦਾ ਹੱਲ ਕਰੀਏ ਅਤੇ ਕਰੀਏ ਕਿਵੇਂ। ਵੀਰੇ ਮੈਂ ਤਾਂ ਤੈਨੂੰ ਇਹੀ ਗੱਲ ਕਹਿੰਦੀ ਹਾਂ ਕਿ ਜਿਹੜੀ ਚੀਜ਼ 'ਤੇ ਬੰਦੇ ਦਾ ਮਨ ਹੋਵੇ ਨਾ ਉਹਨੂੰ ਲੈ ਲੈਣਾ ਚਾਹੀਦਾ, ਕਿਉਂਕਿ ਬਾਅਦ 'ਚ ਤਾਂ ਨਾ ਬੰਦੇ ਦੇ ਮਨ ਦਾ ਪਤਾ ਲੱਗਦਾ ਅਤੇ ਨਾ ਟਾਈਮ ਦਾ। ਹੁਣ ਜੇ ਤੈਨੂੰ ਉਹ ਪਸੰਦ ਹੈ ਅਤੇ ਤੂੰ ਉਹਨੂੰ ਯਾਦ ਕਰ ਰਿਹਾ, ਗਰੰਟੀ ਹੈ ਉਹ ਵੀ ਤੈਨੂੰ ਯਾਦ ਹੀ ਕਰਦੀ ਹੋਏਗੀ, ਕਿਉਂਕਿ ਮੈਂ ਉਸ ਕੁੜੀ ਨੂੰ ਮਿਲੀ ਹਾਂ ਅਤੇ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਇਹੀ ਲੱਗਦਾ ਕਿ ਉਹ ਪਿੱਛੇ ਹਟਣ ਵਾਲੀ ਨਹੀਂ ਹੈ, ਤੇਰੇ ਨਾਲ ਕਦਮ ਮਿਲਾ ਕੇ ਚੱਲੇਗੀ। ਭੈਣੇ ਗੱਲ ਤਾਂ ਤੇਰੀ ਸਹੀ ਹੈ, ਮੈਨੂੰ ਪਤਾ ਉਹ ਕੁੜੀ ਵੀ ਚੱਜ ਦੀ ਹੈ ਅਤੇ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ, ਪਰ ਗੱਲ ਇਹ ਹੈ ਨਾ ਮੰਮੀ ਦੇ ਮੇਰੇ ਵਿਆਹ ਨੂੰ ਲੈ ਕੇ ਬੜੇ ਚਾਅ ਨੇ, ਹੁਣ ਮਾਂ ਦੇ ਚਾਹ ਮਾਰ ਕੇ ਮਾਪੜੇ ਚਾਹ ਤਾਂ ਨਹੀਂ ਨਾ ਪੂਰੇ ਕਰ ਸਕਦਾ, ਅਤੇ ਮੰਮੀ ਨੇ ਮੇਰੇ ਵਿਆਹ ਵਾਸਤੇ ਬਥੇਰੇ ਸੁਪਨੇ ਸਜਾਏ ਨੇ, ਉਹਦੇ ਸੁਪਨਿਆਂ ਨੂੰ ਤੋੜ ਕੇ ਮੈਂ ਆਪਣੇ ਸੁਪਨੇ ਕਿੱਦਾਂ ਪੂਰੇ ਕਰ ਲਵਾਂ। ਮੈਨੂੰ ਤਾਂ ਇੰਨਾ ਪਤਾ ਕਿ ਜਦੋਂ ਤੱਕ ਮੰਮੀ ਆਪ ਜਾ ਕੇ ਰਾਧਿਕਾ ਦੇ ਘਰੇ ਮੇਰੇ ਵਾਸਤੇ ਰਿਸ਼ਤਾ ਨਹੀਂ ਨਾ ਲੈ ਕੇ ਆਊਗੀ ਤਾਂ ਭੈਣੇ ਮੈਂ ਮਾਂ ਤੋਂ ਬਾਹਰ ਜਾ ਕੇ ਉਸ ਕੁੜੀ ਨਾਲ ਵਿਆਹ ਕਰਾ ਹੀ ਨਹੀਂ ਸਕਦਾ। ਫਿਰ ਤਾਂ ਵੀਰੇ ਤੂੰ ਦੋਵੇਂ ਪਾਸੇ ਹੀ ਫਸ ਗਿਆ, ਜੇ ਤੂੰ ਰਾਧਿਕਾ ਵੱਲ ਜਾਂਦਾ ਤੇ ਮੰਮੀ ਗੁੱਸੇ ਹੁੰਦੇ ਆ, ਜੇ ਤੂੰ ਮੰਮੀ ਵੱਲ ਜਾਂਦਾ ਤੇ ਰਾਧਿਕਾ ਗੁੱਸੇ। ਰੀਆ ਮੈਂ ਤਾਂ ਨਾ ਪਹਿਲਾਂ ਮੰਮੀ ਦਾ ਹੀ ਸੋਚੂੰਗਾ, ਕਿਉਂਕਿ ਦੇਖ ਉਹਨੇ ਪਾਲ ਪੋਸ ਕੇ ਇੱਦਾਂ ਕੀਤਾ, ਹੁਣ ਮੈਂ ਉਹਦੇ ਖਿਲਾਫ਼ ਕਿੱਦਾਂ ਹੋ ਸਕਦਾ ਵਾਂ, ਨਾਲੇ ਉਹ ਕੁੜੀ ਉਹਨੂੰ ਅੱਜ ਨਹੀਂ ਤਾਂ ਕੱਲ੍ਹ ਦੂਜਾ ਘਰ ਮਿਲ ਜੂਗਾ, ਮੈਨੂੰ ਮਾਂ ਨਹੀਂ ਨਾ ਦੂਜੀ ਮਿਲੇਗੀ, ਮਾਂ ਤਾਂ ਮਾਂ ਹੀ ਹੁੰਦੀ ਹੈ, ਉਹ ਆਪਣੇ ਬੱਚਿਆਂ ਦਾ ਕਦੇ ਮਾੜਾ ਨਹੀਂ ਸੋਚਦੀ। ਹਾਂ ਕਈ ਵਾਰੀ ਹਾਲਾਤ ਇੱਦਾਂ ਦੇ ਹੋ ਜਾਂਦੇ ਨੇ ਕਿ ਉਹਨੂੰ ਮਾੜਾ ਸੋਚਣਾ ਪੈ ਜਾਂਦਾ, ਪਰ ਮੈਨੂੰ ਨਹੀਂ ਲੱਗਦਾ ਕਿ ਮੰਮੀ ਮੇਰੇ ਵਾਸਤੇ ਕੁਛ ਮਾੜਾ ਸੋਚ ਕੇ ਬੈਠੇ ਹੋਏ ਨੇ। ਤੂੰ ਇੱਦਾਂ ਕਰ, ਹੁਣ ਇਹਨਾਂ ਚੀਜ਼ਾਂ ਦਾ ਬੋਝ ਨਾ ਪਾ, ਤੂੰ ਆਪਣੀ ਲਾਈਫ 'ਚ ਖੁਸ਼ ਰਹਿ, ਪ੍ਰੀਤ ਦੀਦੀ ਆਪਣੀ ਲਾਈਫ 'ਚ ਖੁਸ਼ ਹੈ, ਮੇਰੀ ਤਾਂ ਜੋ ਬਣੇਗਾ ਦੇਖ ਲਾਂਗੇ।
ਵੈਸੇ ਦੇਖ ਲੈ ਕਿੰਨਾ ਜਿਗਰਾ ਹੈ ਤੇਰਾ, ਸਾਰਿਆਂ ਨਾਲ ਮਜ਼ਾਕ ਕਰਦਾ ਤੇ ਉਦੋਂ ਇਹੀ ਸ਼ੁਕਰਾਨਾ ਕਿ ਤੇਰੇ ਅੰਦਰ ਤਾਂ ਕੋਈ ਦੁੱਖ ਹੀ ਨਹੀਂ, ਪਰ ਜਦੋਂ ਆਪਣੀ ਭੈਣ ਨਾਲ ਮਨ ਹਲਕਾ ਕਰਦਾ ਨਾ ਫਿਰ ਪਤਾ ਲੱਗਦਾ ਕਿ ਤੂੰ ਕਿੰਨਾ ਦੁਖੀ ਹੈ। ਪਵਨ। ਹਾਂਜੀ ਦੀਦੀ। ਪਵਨ, ਏਦਾਂ ਦਾ ਕੀ ਹੋ ਗਿਆ ਕਿ ਇੰਨਾ ਹਸਾਨ ਵਾਲਾ ਮੁੰਡਾ ਅੱਜ ਭੈਣ ਦੇ ਮੋਢੇ ਤੇ ਸਿਰ ਰੱਖ ਕੇ ਦੁਖੀ ਹੋਇਆ ਪਿਆ ਵੇ, ਨਾਲੇ ਭੈਣ ਨੂੰ ਵੀ ਦੁਖੀ ਕਰਤਾ, ਕੀ ਗੱਲ ਹੋ ਗਈ? ਨਹੀਂ ਨਹੀਂ ਦੀਦੀ ਕੁਛ ਨਹੀਂ। ਵੇ ਕਮਲਿਆ, ਦੁੱਖ ਦੱਸਣ ਨਾਲ ਨਾ ਘਟਦਾ ਹੀ ਹੈ। ਦੀਦੀ ਇਹਨੇ ਤੁਹਾਨੂੰ ਕੁਛ ਨਹੀਂ ਦੱਸਣਾ, ਆ ਜਾਓ ਇੱਥੇ ਬੈਠੋ ਮੈਂ ਦੱਸਦੀ ਹਾਂ। ਤੂੰ ਪਾਗਲ ਹੋਈ ਹੈ, ਨਾ ਦੁੱਖ ਨੂੰ ਮੇਰੇ ਕਿਹੜਾ ਫੋੜਾ ਹੋਇਆ। ਭੈਣਾਂ ਨੂੰ ਦੁੱਖ ਦੱਸਣ ਨਾਲ ਨਾ ਘਟਦਾ ਹੀ ਹੈ, ਤੈਨੂੰ ਕੁਛ ਹੁੰਦਾ ਜੇ ਮੈਂ ਦੀਦੀ ਨੂੰ ਕੁਛ ਦੱਸ ਦੂੰਗੀ ਤੇ? ਨਾ ਮੈਨੂੰ ਇੱਕ ਗੱਲ ਦੱਸ, ਜੇ ਤੂੰ ਮੈਨੂੰ ਆਪਣੀ ਭੈਣ ਨਹੀਂ ਮੰਨਦਾ ਤੇ ਬਾਹਰ ਮਜ਼ਾਕੋ ਕੀਤਾ, ਹੁਣ ਆਪਣੀ ਭੈਣ ਨੂੰ ਦਿਲ ਦੀ ਗੱਲ ਵੀ ਦੱਸ, ਕੀ ਗੱਲ ਹੈ? ਦੀਦੀ ਪ੍ਰੀਤੀ ਦੇ ਵਿਆਹ ਤੇ ਨਾ ਇਹਨੇ ਕੁੜੀ ਪਸੰਦ ਆਈ ਸੀ, ਉਹ ਹੈਗੀ ਹੈ ਗਰੀਬ ਘਰ ਦੀ ਤੇ ਆਪਣੀ ਮਾਸੀ ਕੋਲ ਰਹਿੰਦੀ ਹੈ, ਮੰਮੀ ਰਾਜੀ ਹੁੰਦੇ ਨਹੀਂ ਪਏ ਕਿ ਮੈਂ ਉਹ ਕੁੜੀ ਲੈ ਕੇ ਆਵਾਂ, ਤੇ ਉੱਤੋਂ ਸੋਨੀਆ ਵਿਚੋਲਣ ਨੇ ਮੰਮੀ ਨੂੰ ਲਾਲਚ ਦਿੱਤਾ ਹੋਇਆ ਕਿ ਤੁਸੀਂ ਮੇਰੀ ਮਰਜ਼ੀ ਦੇ ਨਾਲ ਵਿਆਹ ਕਰਾਓ, ਮੈਂ ਤੁਹਾਨੂੰ ਕੁੜੀ ਵੀ ਵਧੀਆ ਘਰ ਦੀ ਦਿਵਾਵਾਂਗੀ ਤੇ ਨਾਲੇ ਦਾਜ ਦੇਜ ਵੀ ਸੋਹਣਾ ਮਿਲੇਗਾ, ਤੇ ਹੁਣ ਇਹ ਕਹਿੰਦਾ ਹੈ ਕਿ ਮੈਂ ਆਪਣੀ ਪਸੰਦ ਨਾਲ ਵਿਆਹ ਕਰਾਉਣਾ, ਮੰਮੀ ਮੰਨਦੇ ਨਹੀਂ ਪਏ, ਇਹ ਵਿਚਾਰਾ ਵਿੱਚ ਫਸਿਆ ਪਿਆ। ਅੱਛਾ, ਮੁੰਡਾ ਸਾਡਾ ਜਵਾਨ ਹੋ ਗਿਆ, ਇਹ ਤਾਂ ਲਵ ਮੈਰਿਜ ਕਰਾਉਣ ਨੂੰ ਫਿਰਦਾ ਪਿਆ ਵੇ। ਅੱਛਾ ਫਿਰ ਤੇਰੇ ਕੋਲ ਫੋਟੋ ਤਾਂ ਹੋਣੀ ਹੈ ਉਸ ਹੋਰ ਪਰੀ ਦੀ ਜਿਹਦੇ ਪਿੱਛੇ ਤੂੰ ਕਮਲਾ ਹੋਇਆ ਫਿਰਦਾ, ਦਿਖਾ ਤਾ ਸੀ ਮੈਨੂੰ ਫੋਟੋ। ਫੋਟੋ? ਬਸ ਕਰ, ਇੰਨਾ ਵੀ ਤੂੰ ਸ਼ਰੀਫ ਨਹੀਂ ਹੈਗਾ ਜਿੰਨਾ ਬਣਦਾ ਪਿਆ, ਫੋਟੋ ਤਾਂ ਤੇਰੇ ਫੋਨ 'ਚ ਹੋਏਗੀ, ਨਹੀਂ ਦਿਖਾਣੀ ਮੈਨੂੰ ਤੇਰੇ ਫੋਨ, ਮੈਂ ਦਿਖਾ ਦਿੰਦੀ। ਪਵਨ, ਇਹ ਤੇ ਰਾਧਿਕਾ, ਇਹਨੂੰ ਤੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ।